ਮੇਰੇ ਥੱਪੜ ਮਾਰ ਸਾਰੀਆਂ ਸੰਗਤਾਂ ਬੇਨਤੀ ਹੈ ਕਿ ਖੜੇ ਹੋ ਜਾਓ ਭਾਈ ਉਠਾ ਕਰੇ ਤੂੰ ਜੀਓ ਪਿੰਡ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਜਿਠਿਆ ਸਬਦ ਵਿਚਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਮੈਂ ਤਾਈ ਸਭ ਥਾਈ ਹੋਈ ਜੇ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਤਾ ਸਿਆੰਤਰ ਬੋਲੋ ਜੀ ਆਪ ਜੀ ਦੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਰੀ ਮੁਕਤੇ ਸਮੂਹ ਹਸੀਆਂ ਚੱਪੀਆਂ ਤੱਪੀਆਂ ਜੀ ਦਾ ਸਿਆੰਤਰ ਬੋਲੋ ਜੀ ਪ੍ਰਥਮ ਹੈ ਸਵਤ ਖਾਲਸਾ ਜੀ ਤੇ ਅਰਦਾਸ ਹੈ ਜੀ ਸਵਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਸਿੱਟੇ ਆਵੇ ਸਿੱਟੇ ਆਵਣ ਕਾ ਸਦਕਾ ਸਰਵ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਦੇ ਯੁਗੋ ਯੁਗੇ ਅਟਲ ਧਰਮ ਕਾ ਜੈ ਜੈਕਾਰ ਹੋਵੇ ਖਾਲਸਾ ਸਾਧ ਸੰਗਤ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦੇ ਰਾਖੇ ਆਪ ਕਾਲ ਪ੍ਰਕੰਤ ਵਿਜਾਮੀ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਪਾਸੇ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਧੰਨ ਧੰਨ ਸਤਿਗੁਰੂ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਕੀਤੀ ਜਾਂਦੀ ਹੈ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਬੰਧਨ ਭੰਗਿਆ ਵਹਿ ਵਰਤ ਮਰਦ ਆਰੰਭੜਾ ਵਗਿਆ ਅਕੇਲਾ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾਂ ਦੀ ਵਾਕਾਂ ਅਨੁਸਾਰ ਸਤਿਗੁਰੂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਨਗਰ ਬੁਰਜ ਗਈਆਂ ਸਭ ਸੰਗਤਾਂ ਵੱਲੋਂ ਆਪ ਜੀ ਦਾ ਅਵਤਾਰ ਸੁਣ ਲੈ ਕੇ ਪਰਸੋਂ ਤਾਂ ਲਾਹੀ ਬਾਣੀ ਜੀ ਅਤੇ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਗਏ ਨੇ ਭੋਗ ਤੋਂ ਉਪਰੰਤ ਇਸ ਵੇਲੇ ਆਪ ਜੀ ਦੀ ਛਤਰ ਛਾਇਆ ਹੇਠਾਂ ਅਤੇ ਪੰਜਾਂ ਪਿਆਰਾਂ ਦੀ ਅਵਾਵੀ ਸਿਹਤ ਸਮੇਤ ਸੰਗਤਾਂ ਦੇ ਇਸ ਵੇਲੇ ਨਗਰ ਕੀਰਤਨ ਦੀਆਂ ਨਗਰ ਦੀਆਂ ਪ੍ਰਕਰਮਾਂ ਕਰਨ ਵਾਸਤੇ ਤਿਆਰੀ ਕੀਤੀ ਹੈ ਆਪ ਜੀ ਨੇ ਚਾਲੇ ਪਾਉਣ ਦੀ ਆਗਿਆ ਬਖਸ਼ੇ ਕਰਨੀ ਰਾਸਤੇ ਵਿੱਚ ਆਪ ਜੀ ਨੇ ਬਾਤ ਕਾਠ ਹੋਣਾ ਗੁਰਮੁਖ ਦਾ ਮੇਲ ਬਖਸ਼ੇ ਕਰਨਾ ਚਾਲੀਆਂ ਕਲਾਕਾਰ ਦੀਆਂ ਸਹੀ ਪਿਆਰੇ ਮੇਲਣੀ ਜਿਨ੍ਹਾਂ ਮਿਲਾਪ ਦਾ ਨਾਮ ਕਿਤੇ ਆਵੇ ਗੁਰੂ ਨਾਨਕ ਆ
और नवाजी गुरु साहब संत जीओ दियो प्यार का सबूत सत्तरवाल वाले कदीशा जी लगाओ हाजरी और गुरु ने प्यार वाले दोवे हाथ श्री गुरु नानक पातशाह चरणा के बीच जंडौत मंगना कर पंज प्यारा के माही हेठ और संशोध जुगत वाले गुरु ग्रंथ साहब उन्होंने बड़े प्यार के सत्कार के नाल सम्मान करियो आया हुक्म अलाही जो तुसरी रूहानी कर कर तुसी दे आ गई सतखंड तुर लाके दुखो दे चले चले नाल के नाल कपड़ा कटवा वाले पिछले यहां पर सर गया भाई Thank you.
नंगना पिछे खड़ जा नाल खड़ी मैं तेन आ यार खड़ जा भाई खड़ जा खड़ जा किंदे खड़ी करा गोरे इधर मरे सर थे बेटा इधर इधर चल 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 चल
ਇੱਥੇ ਰੁਕ ਜਾਓ ਭਾਈ ਚਾਹ ਪੀਣੀ ਹੈ ਇੱਥੇ ਬੈਠੋ ਤੁਸੀਂ ਕੋਈ ਦੀਦੀ ਤਾਂ ਉਹਦੇ ਟਰੈਕ ਤੇ ਬੈਠੀ ਆ ਚੜ੍ਹਦੀ ਕਲਾ ਰੱਖੇ ਸੋ ਦਿਓ ਧਿਆਨ ਕਰ ਉਸਤਤ ਉਸੇ ਦੀ ਜਿਸਨੇ ਇਹ ਬ੍ਰਹਿਮੰਡ ਰਚਾਇਆ
ਅਹਸਾਕਰ ਤਰਨੇ ਨੂੰ ਨਾਨਕ ਨਾਮ ਜਹਾਜ਼ ਬਣਾਇਆ ਸੁਣ ਅੰਡਰ ਦੇਰਦ ਦੀ ਸਿਹਤ ਅਜ ਉਤਪਜ ਕਰਕੇ ਖਾਣੀ ਵਿੱਚ ਅੰਮ੍ਰਿਤ ਬਾਣੀ ਦੇ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਰ ਗੁਰਸਿੱਖਾਂ ਦੀ ਬਾਣੀ ਛੇ ਗੁਰੂਆਂ ਦੀ ਬਾਣੀ ਗਿਆਰਾਂ ਭੱਟਾਂ ਦੀ ਬਾਣੀ ਪੰਦਰਾਂ ਭਗਤਾਂ ਦੀ ਬਾਣੀ ਕੁੱਲ 36 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬੈਠੇ ਆ ਤੇ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਨੂੰ ਉਦਾਹਰਣਾਂ ਦੇ ਕੇ ਸਮਝਾ ਰਿਹਾ ਜਿਸ ਤਰ੍ਹਾਂ ਬਾਣੀ ਦੇ ਵਿੱਚ ਆਉਂਦਾ ਗੁਰਨਾਮ ਸਿੰਘ ਖਾਲਸਾ ਭਾਈ ਤੇ ਉਹਨਾਂ ਦੇ ਸਾਥੀ ਭਾਈ ਜਗਦੀਸ਼ ਸਿੰਘ ਭਾਈ ਰੂਪਾ ਤੇ ਭਾਈ ਮੱਖਣ ਸਿੰਘ ਸਲਾਮਪੁਰਾ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਿਮਾ ਹੈ ਇਉਂ ਗਾਉਂਦੇ ਆ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਰ ਤਰਨੇ ਨੂੰ ਨਾਨਕ ਨਾਮ ਜਹਾਜ਼ ਬਣਾਇਆ ਭਵ ਸਾਗਰ ਤਰਨੇ ਨੂੰ ਨਾਨਕ ਨਾਮ ਜਹਾਜ਼ ਬਣਾਇਆ ਸੇਤ ਜੇ ਉਤਪਜ ਤਰ ਗਏ ਖਾਣੀ ਵਿੱਚ ਬਾਣੀ ਦੇ ਪਾਣੀ ਆਪੇ ਅਮੀਰ ਬਣਾਵੇ ਆਪੇ ਗਰੀਬ
ਗਰੀਬਾਂ ਨੂੰ ਸਭਨਾਂ ਦੇ ਵੱਖੋ ਵੱਖਰੇ ਲਿਖਦੇ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਫਿਰਦੇ ਸੋਹਣੇ ਬਦ ਕੰਧਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਸੰਸਾਰ ਨੂੰ ਸਭਨਾਂ ਦੀ ਵੱਖੋ ਵੱਖਰੀ ਘੜਦੇ ਲੁਹਾਰ ਨੂੰ ਲੱਤਾਂ ਦੇ ਗਿਣਤ ਲਾਤੀਆਂ ਕੀੜੇ ਕਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖੇ ਬਿਨ ਟੰਗਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰੇ ਸੱਚੇ ਪਾਤਸ਼ਾਹ ਤੇ ਇੱਥੋਂ ਮੈਂ ਬਲਿਹਾਰ ਜਾਣਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਧਿਆਸ ਦਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਭੇਜਿਆ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਹਰਮ ਨਾਲ ਫਤਿਹ ਹੋਵੇ ਅਗਲਾ ਪ੍ਰੋਗਰਾਮ ਸਾਡੇ ਸੂਝਵਾਨ ਸਕੱਤਰ ਤੋਂ ਸਰਵਣ ਕਰੋ ਤੇ ਦਰਸ਼ਨ ਬਖਸ਼ੋ ਆਗਿਆ ਹਾਂਜੀ
ਭੈਣ ਜੀ ਜੀ ਖੜ੍ਹ ਜਾਈ ਨਾਲ ਆ ਜਾ ਇਧਰਲੇ ਪਾਸੇ ਉੱਧਰ ਆ ਜਾਓ ਨਾ ਮਗਰ ਉੱਧਰਲੇ ਪਾਸੇ ਨਾਲ ਹੋ ਜਾਓ ਉਹਨਾਂ ਦੇ Stop.
ਥੱਲੇ ਨਹੀਂ ਯਾਰ ਜਾ ਚੱਲ ਲੱਭ ਚੱਲ ਓ ਇੱਥੇ ਨਾ ਮਾਰੋ ਇੱਥੇ ਨਾ ਮਾਰੋ ਇੱਥੇ ਨਾ ਮਾਰੋ ਇੱਥੇ ਨਾ ਮਾਰੋ ਤਰਪੋ 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 ਨਗਰ ਗੀਤ ਪਾਸਪੋਰਟ ਜਿਵੇਂ ਕਹਿੰਦੇ ਚੜ ਰਹੇ ਧੂੜਤਾ ਇਹ ਲਾਉਂਦੇ ਨੇ नाम केते आ जांदा भाई चारे युगां दी भगती हो जांदी आ जदों तुसी बोलोगे गज बज के आखो जी वाहे गुरु जी का खालसा वाहे गुरु जी की फतेह। गुरु दे प्यार बारेओ आपां उस मौके दी गल कर लगे आ के जिस मौके गुरु तेग बहादुर महाराज जी ਆਸ਼ਾਮ ਦੀ ਧਰਤੀ ਦੇ ਵਿੱਚ ਪਹੁੰਚੇ ਹੋਇਆ ਰਾਜਾ ਰਾਮ ਸਿੰਘ ਦੀ ਮਦਦ ਖਾਤਰ ਭਾਈ ਇਧਰੋਂ ਨੇ ਉਸ ਮੌਕੇ ਦੀ ਕਾਵ ਨੂੰ ਕੱਕੜਵਾਲ ਵਾਲੇ ਕਮਿਸ਼ਨਰ ਭਾਈ ਜੱਗਾ ਸਿੰਘ ਬਲਵਿੰਦਰ ਸਿੰਘ ਔਰ ਜਤਿੰਦਰ ਸਿੰਘ ਬੜੇ ਪਿਆਰ ਤੇ ਨਾਲ ਸੁਣਿਓ ਬਈ 3:30 ਰਾਤ ਦੇ ਵਕਤ ਸੀ ਪ੍ਰਭਾਤ ਦੇ ਨੌਵੇਂ ਗੁਰੂ ਤੇਗ ਬਹਾਦਰ ਹਿੰਦ ਦੀ ਜੋ ਚਿੱਟੀ ਚਾਦਰ ਘਰੇ ਉਹਨਾਂ ਦੇ ਹੋਈਆਂ ਰੁਸ਼ਨਾਈਆਂ ਪਟੜੇ 'ਚ ਚੰਨ ਚੜਿਆ ਬੇਬੇ ਨਾਨਕੀ ਨੂੰ ਮਿਲਣ ਵਧਾਈਆਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰ ਬਣੇ ਕਿਉਂ ਕਰੋ ਜੀ ਪਟੜਾ ਸਾਹਿਬ ਗੁਰਾਂ ਦਾ ਜਨਮ ਹੋਇਆ ਅਨੰਦਪੁਰੀ ਮੈਂ ਪੰਥ ਸਦਾ ਜੰਜੂ ਟਿੱਕੇ ਬਚਾਏ ਬ੍ਰਾਹਮਣਾ ਦੇ ਉਹ ਦਿੱਲੀ ਪਿਤਾ ਦਾ ਸੀਸ ਲਗਾਇਆ ਜੀ ਉਹ ਵੱਡੇ ਵਾਰ ਚਮਕੌਰ ਦੀ ਜੰਗ ਅੰਦਰ ਉਹ ਜੋੜਾ ਨੀਹਾਂ ਦੇ ਵਿੱਚ ਚਿਣਵਾਇਆ ਜੀ ਜੋਰੇ ਸਿੰਘਾਂ ਗੁਰੂ ਦਸਮੇਸ਼ ਵਰਗਾ ਨਹੀਂ ਹੋਰ ਜਹਾਨ ਤੇ ਆਇਆ ਜੀ ਨਹੀਂ ਹੋਰ ਜਹਾਨ ਤੇ ਆਇਆ ਜੀ 3:30 ਰਾਤ ਦੇ ਬਾਖਤ ਸੀ ਪ੍ਰਭਾਤ ਦੇ ਨੌਵੇਂ ਗੁਰੂ ਤੇਗ ਬਹਾਦਰ ਹਿੰਦ ਦੀ ਜੋ ਚਿੱਟੀ ਚਾਦਰ ਘਰੇ ਉਹਨਾਂ ਦੇ ਹੋਈਆਂ ਰੁਸ਼ਨਾਈਆਂ ਪਟਣੇ ਚ ਚੰਦ ਚੜਿਆ ਮਾਤਾ ਨਾਨਕੀ ਨੂੰ ਮਿਲ ਵਧਾਈਆਂ ਪਟਣੇ ਚ ਚੰਦ ਚੜਿਆ ਤੇਰੀ ਕਰ ਜਨਮੇ ਬਾਲਕ ਧਰਮ ਦਾ ਹੈ ਰਸ ਪਾਲਕ ਪਾਲ
चमकण देखदाई ने गिर दिया खाइया पटने खिली रोशनी बेबे नानकी नू मिलन बधाइया पटने चन्न चढ़िया अखां दे मोहरे मचदी अंबर पमीरी नचदी कौतक ने यारे देखे दाई नू पैण भलेखे ओ ता भुल की नचोड़ नौ बसाइया पटने चंद चढ़िया माता गुजरी नू मिल न बधाइया पटने चंद चढ़िया पैण दे सुन फर चंद नू खुशियां कर पाल चंद नू सूक दिया अस्तबाजिया लाया सी कल ताजिया दस दस कठिया चढ़ाइया पटने च खिली रोशनी माता गुजरी नू मिलन बधाइया पटने च चन्न चढ़िया चलते फल चिड़ी पड़के पैंदे पताल तमाके सेजा जो सेस नाग दी विष्णु जी पे जाग जी लेटा बर में पुरी दे बिचो आइया पटने च चंद चढ़िया माता नानकी नु मिल न बधाइया पटने च खिली रोशनी फुल बरसाउंदे परियां मालार गाउंदियां मिलके सुरताल गाउंदियां गौड टोटी आसा रागिणियां लाइयां पटने च खिली रोशनी माता गुजरी नू मिलन बधाइयां पटने च खिली रोशनी ओए खोगियां सारे सतखंड हो गियां बाणी गुरु नानक ल्याबण बल्ला मर्दाना गाबण साज तप लेरबा बजाइयां पटने च चंद चढ़िया माता नानकी नू मिल न बधाइयां पटने च चंद चढ़िया चढ़िया दिन खुशियां आली दरते आ गए सवाली रूप कबेर तार के पोते तो बार बार के बेबे नानकी ने मोरा बरसाइया पटने च खिली रोशनी बेबे नानकी नू मिलन बधाइया पटने च चन्न चढ़िया सब गांधी पक्का धर्म दाद सदा रखा अपे करने गुरु जी तकड़ाइया पटने च चंद चढ़िया माता नानकी नू मिल न बधाइया पटने च चंद चढ़िया बंडिया तन सोना चांदी दुनिया दस गांधी जांदी होइया ने लिखिया रंगता जग्गा बल बिंदर ने गाइया पटने च खिली रोशनी बेबे नानकी नू मिलन बधाइया पटने च खिली रोशनी बेबे नानकी नू मिलन बधाइया पटने च चंद चढ़िया कहने बंडिया धन सोना चांदी दुनिया जस गाउंदी जांदी होइया खुश जान संगतां प्रीतम ने लिखिया रंगतां और जग्गा बलविंदर ने गाइया पटने च चंद चढ़िया माता गुजरी नू मिलन बधाइया माता नानकी नू मिलन बधाइया गुरु दे प्यार वाले दानी सज्जणा दा नौ इस प्रकार है भाई मेवा सिंह सरदार प्यार किए गुरु घर के वजीर साहब ग्रंथी साहब उन्हां वालों बहुत सारा मान सरदार जीत सिंह जी उन्हां वालों बहुत सारा मान
गुरु की काशी स्टूडियो भाई उन्होंने वालों भी बहुत सारा माण डॉक्टर हरनाम सिंह जी उन्होंने वालों बहुत सारा माण सरदार अमरीक सिंह जी उन्होंने वालों बहुत सारा माण कैरो सिंह ते मगर सिंह पाल सिंह जी भोला सिंह जी गुरमेर सिंह जी अच्छा सरदार दर्शन सिंह जी उन्हां वालों भी भाई गुरु घर के प्रधान साहब उन्हां वालों बहुत सारा मान सरदार हरभजन सिंह जी गुरु घर के वजीर साहब उन्हां वालों भी बहुत सारा मान सरदार बलविंदर सिंह जी सरदार दर्शन सिंह जी मंत्री साहब जय जयकारा खुशियां प्राप्त गुरु के प्यार वालियो मैनू इउं लगदा भी अज बंदिया का कट्ठ घटा क्योंकि अपने नौजवानी किसान यूनियन और जिन्हें कत्ती किसान यूनियन भाई जथेबंदियां सारिया दिल्ली के बच्चे पहुंची हुई ने ऐ नगर के भी कभी किसान ने पता एक कविता बनाई भाई साडे किसानां दा सड़कां दे उत्ते क्यों डेरा किया गया और सातों गुनाह की हो गया गुरु के प्यार वाले टक्करवाल वाले कमिश्नर कहने काले मेरे लागू करते सेंटर सरकार ने वह मसली है कहने किसानों मारना इन्हों ने मसले आ ना गुरु के प्यार वाले टक्करवाल वाले कमिश्नर तो है क्यों सरबण करो जी टुट जाएगा डोर पतंग वांगू तू टुट जाए छतरी छतरी पगली छल रूप छतरी
आज छोड़े और पूजा कौन आइए पूजा कौन आइए राज के राजा महाराज के महाराजा छोड़े और पूजा कौन आइए राज के राजा Oh.
देख ला जरा।
Thank you.
ਜੇ ਹੁਣ ਮੈਂ ਲੱਖ ਦਿੱਤਾ ਉਹਨੂੰ ਆ ਕੇ ਉਹਦੀ 1,20,000 ਕਰਤਾ अवतार धार के धर्म की रक्षा करनी है जबर जुर्म के नाल टक्कर लेनी है तो सतगुर पातशाह ने जवाब देता दूजी बार फिर बवान गया जब दूजी बार बवान गया तो मात लोग आने तो पहले सतगुर पातशाह ने वरां की मंग की भी सच्चे पातशाह मैनू यह वर दौ तुहाडा सिर ते हथ होना चाहिए तो मैं मात लोग जाके अवतार धार सकदा जो असी शाम रहलास के पढ़ते हाँ ठंड से होमे जोर कर बचन के हास्त्र में आए पंथ चले तब जगत में जब तो करो सहाय ऐ सच्चे पातशाह तेरा मेरे सत्ते हथ होना चाहिए ता मैं मात लोग जाके अवतार धार सकदा ता उस वे सतगुर पातशाह जी हेमकुंड की धरती से तपस्या कर रहे हैं हेमकुंड के वासी नूं ध्या जगदीश लवा के सीस तुम्हें हथ बन के नमस्कार कर दे मेरे साथी भाई मखर सिंह सलावतपुरा ते भाई चरणजीत सिंह भाई रूपा वाले दास बसे खालसा ते भाई वाले का कमिश्री जत्था दुष्ट अमर जी नमस्कार हे इउं कर दे जी नहिड़ा नाल जद देहदी दिशा वेखी ते उदों दसवें अवतार नूं धारिया जी भावे अरशा देच नवास तेरा ते ध्यान नीमिया वल भी मारिया जी जीरे आड़ के तकली शरण तेरी ते ऊंच नीच नू नहीं बचारिया चारिया जी बिच संगत सयानी दे कर लिए बंदना रुकण किते चंदना सरस्ती माता बख्श दे दाता सभा बिच लाज हमारी रखनी उस करन हार दा जी I'm not going to be able to do it.
Thank you.
ਕਹਿਣ ਲੱਗੇ ਗਲਾ ਬਾਅਦ ਚ ਅੰਦੇ ਤੇ ਬਸ ਕੋਈ ਨਹੀਂ ਚੱਲ ਵਧੀਆ ਲੱਗਦਾ ਹਾਂਜੀ ਦੇਖੋ ਸਾਹਮਣੇ कर फोटो खिंचो भी करा वे फोटो खिंचो गुरजीत जी।
ਸਾਲਟਰ ਨਮੀ ਪਾਈ ਆ ਕੇ ਜੱਬੀ ਦਾ ਆਏ ਤਾਂ ਫੋਟੋ ਤਾਂ ਕਰਾ ਲਈ ਨਹੀਂ ਖੜ ਕੇ ਆਉਂਦੇ ਕਰਾਉਣੀ ਫੋਟੋ ਨਹੀਂ ਇਹਦਾ ਦੂਜਾ ਮੂਵੀ ਵਾਲਾ ਹੈ ਨਾ ਆਮ ਆਮ ਨਾ ਬੈਟਰ